ਸਾਨੂੰ ਆਪਣੇ ਆਲੇ ਦੁਆਲੇ ਵਿੱਚ ਅਨੇਕਾਂ ਵਸਤੂਆਂ ਮਿਲਦੀਆਂ ਹਨ ਜੋ ਗੋਲ ਹੁੰਦੀਆਂ ਹਨ, ਜਿਵੇਂ ਪਹੀਆ, ਵੰਗ, ਸਿੱਕਾ ਆਦਿ। ਅਸੀਂ ਗੋਲ ਆਕਾਰਾਂ ਦਾ ਕਈ ਤਰ੍ਹਾਂ ਨਾਲ ਪ੍ਰਯੋਗ ਕਰਦੇ ਹਾਂ। ਬੱਚਿਓ, ਚੱਕਰ ਇੱਕ ਸਰਲ ਬੰਦ ਬੱਕਰ ਹੈ ਜੋ ਬਹੁਤ ਕੁਝ ਨਹੀਂ ਹੈ। ਚੱਕਰ ਇੱਕ ਤਲ ਦੇ ਉਹਨਾਂ ਬਿੰਦੂਆਂ ਦਾ ਸਮੂਹ ਹੈ ਜੋ ਇੱਕ ਨਿਸ਼ਚਿਤ ਬਿੰਦੂ ਭਾਵ ਕੇਂਦਰ ਤੋਂ ਸਮਾਨ ਦੂਰੀ ਅਰਧ ਵਿਆਸ ਤੇ ਹੁੰਦੇ ਹਨ। ਕਿਰਿਆ: ਚੱਕਰ ਦੀ ਸਪਰਸ਼ ਅਤੇ ਛੇਦਕ ਰੇਖਾ। ਉਹ ਰੇਖਾ ਜਿਹੜੀ ਚੱਕਰ ਨੂੰ ਕੇਵਲ ਇੱਕ ਬਿੰਦੂ ਤੇ ਸਪਰਸ਼ ਜਾਂ ਛੂ ਕੇ ਜਾਵੇ, ਉਸ ਰੇਖਾ ਨੂੰ ਚੱਕਰ ਦੀ ਸਪਰਸ਼ ਰੇਖਾ ਕਿਹਾ ਜਾਂਦਾ ਹੈ। ਸਥਿਤੀ ਇੱਕ, ਸਥਿਤੀ ਦੋ: ਉਹ ਰੇਖਾ ਜਿਹੜੀ ਚੱਕਰ ਨੂੰ ਅਲੱਗ ਅਲੱਗ ਬਿੰਦੂਆਂ ਤੇ ਕੱਟੇ, ਉਸ ਰੇਖਾ ਨੂੰ ਚੱਕਰ ਦੀ ਛੇਦਕ ਰੇਖਾ ਕਿਹਾ ਜਾਂਦਾ ਹੈ। ਸਥਿਤੀ ਤੀਸਰੀ।